वाहेगुरु जी का खालसा जी वाहेगुरु जी की फतेह। वीडियो नूं भरावो शेयर कर दिओ। अज एक बहुत बड़ा ग्रोह जिन्हें पता ही नहीं किन्ने क घर उजाड़ते, किन्ने क कुड़ियां चिट्टे ते लातियां, किन्ने क मुंडियां दे नाल इन्हां कुड़ियां दे रिश्ते करवा के उन्हां दे घर उजाड़ते, ते उस तो बाद महीना महीना उत्थे कुड़ियां नूं रख के ते कुड़ी नूं वापस लै जाणा, ते लख रुपए की मांग करनी कि लख रुपया दिओ साडा खर्चा है, जां वैसे भी तां कुड़ी नूं तोरांगे सानूं लख रुपया दिओ। ते इह ग्रोह अज भाई कणकवाल ਭੰਗੂਆਂ ਦੇ ਵਿੱਚ ਖੜਿਆ, ਮੇਰੇ ਦੌਲੇਵਾਲ ਤੋਂ ਬਿਲਕੁਲ ਨਜ਼ਦੀਕ ਪਿੰਡ ਹੈ। ਇਹ ਗਰੋਹ ਮਸਾਂ ਕਾਬੂ ਕੀਤਾ, ਪਤਾ ਨਹੀਂ ਕਿੱਥੋਂ ਦਾ ਇਹਨਾਂ ਨੂੰ ਪੁੱਛਦੇ ਆ, ਅਤੇ ਨਾਲ ਬਾਈ ਦੋ ਕੁੜੀਆਂ ਵੀ ਨੇ, ਅਤੇ ਇਹਨਾਂ ਕੁੜੀਆਂ ਨੂੰ ਵਿਚਾਰੀਆਂ ਨੂੰ ਚਿੱਟਾ ਪਿਆ ਪਿਆ ਕੇ ਚਿੱਟੇ 'ਤੇ ਲਾ ਲਾ ਕੇ ਇਹਨਾਂ ਕੁੜੀਆਂ ਨੂੰ ਵਿਚਾਰੀਆਂ ਨੂੰ ਵਿਆਹ ਕਰਵਾ ਦਿੰਦੇ ਆ, ਅਤੇ ਉਸ ਤੋਂ ਬਾਅਦ ਇਹ ਵਿਚਾਰੀਆਂ ਤੋੜ ਲੱਗਦੀ ਹੈ ਜਾਂ ਮਰਦੀਆਂ ਨੇ, ਕੁਛ ਵੀ ਕਰਦੀਆਂ ਨੇ, ਇਹ ਵਾਪਸ ਚਲੀਆਂ ਜਾਂਦੇ ਨੇ ਇਹਨਾਂ ਕੋਲ, ਅਤੇ ਕਦੇ ਕਦੇ ਆ ਕੇ ਇੱਥੇ ਵੀ ਚਿੱਟਾ ਪਿਆ ਜਾਂਦੇ ਆ। ਅਤੇ ਇੱਕ ਬਹੁਤ ਵੱਡਾ ਗਰੋਹ ਹੈ, ਅਤੇ ਆਹ ਬੰਦਾ ਕੀ ਨਾਮ ਹੈ ਤੇਰਾ? वापस बुला लाना है फिर? झूठना बोल कन्न ते मारू। आ सामने दा कुड़ियां बैठियां ने, ਜਿਵੇਂ ਬਾਈ ਕੋਈ ਨਸ਼ੇ ਦੀ ਆਦੀ ਹੁੰਦੀ, ਜੇ ਕੋਈ ਨਸ਼ੇ ਦੀ ਡਿਮਾਂਡ ਕਰਦੇ ਉਹਨੂੰ ਨਸ਼ਾ ਦੇ ਦਿੰਦੇ। ਕਿੱਥੋਂ ਲਿਆ ਕੇ ਦਿੰਦਾ? ਸਾਡੇ ਸਾਇੰਸ ਦਾ ਮਿਲ ਜਾਂਦਾ ਬਾਈ ਜੀ। ਅੱਛਾ, ਫਿਰ ਲੋਕਾਂ ਦੀਆਂ ਧੀਆਂ ਭੈਣਾਂ ਚਿੱਟੇ 'ਤੇ ਲਾਉਣੀਆਂ ਨੇ? ਨਹੀਂ, ਚਿੱਟੇ 'ਤੇ ਨਹੀਂ ਲਾਉਣੀ ਬਾਈ। ਹਾਂ, ਤੂੰ ਤਾਂ ਦੇਹ ਵਪਾਰ ਦਾ ਧੰਦਾ ਚਲਾ ਲਿਆ, ਇਹ ਕੁੜੀਆਂ ਨੂੰ ਭੇਜ ਦੇਣਾ, ਕਦੇ ਆਹ ਆਹ ਕੁੜੀ ਨੂੰ ਤਿੰਨ ਥਾਂ 'ਤੇ ਭੇਜਤਾ ਤੈਂ? ਦੋ ਥਾਂ 'ਤੇ, ਭਟਾਲ ਪਹਿਲਾਂ, ਫਿਰ ਉਰੇ, ਇਦੂ ਬਾਅਦ ਪਤਾ ਨਹੀਂ ਕਿੱਥੇ ਭੇਜਦਾ ਜਾਂ ਜਨਾ ਫੜਿਆ ਜਾਂਦਾ ਤੂੰ। ਹੈਂ, ਇਹ ਗਲਤੀ ਆ ਕਿ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਤੁਸੀਂ ਭੈਣ 'ਚੋਂ ਚਿੱਟਾ ਪਿਆ ਪਿਆ ਕੇ ਇਹਨਾਂ ਨੂੰ ਇਹਨਾਂ ਦੇ ਸਰੀਰਕ ਸ਼ੋਸ਼ਣ ਕਰੋ? ਮਾਫ ਕਰੂ, ਰੱਬ ਮਾਫ ਕਰੂ। ਜੇ ਤੇਰੀ ਕੁੜੀ ਨਾਲ ਕੋਈ ਐ ਕਰੇ ਫਿਰ ਕੁੜੀ ਹੈਗੀ ਤੇਰੇ? ਉੱਚੀ ਬੋਲ, ਉੱਚੀ। ਫਿਰ ਜੇ ਤੇਰੀ ਕੁੜੀ ਨੂੰ ਐ ਚਾਰ ਚਾਰ ਦਿਨ ਅਗਲਾ ਫਿਰ ਰੱਖੇ, ਫਿਰ ਕੀ ਕਰੇਗਾ ਤੂੰ? ਸ਼ਰਮ ਹੈ ਥੋੜੀ ਮੋਟੀ? ਨਹੀਂ, ਇਹ ਇਹ ਗਲਤੀ ਵਾਲਾ ਕੰਮ ਹੈ ਇਹ। ਨਹੀਂ, ਇਹ ਤੁਹਾਡੇ ਘਰ ਵਾਲਾ ਕੁੜੀ ਹੈਗੀ ਤੁਹਾਡੇ? ਫਿਰ ਤੁਹਾਡੀ ਕੁੜੀ ਨਾਲ ਕੋਈ ਐ ਕਰੇ? ਵੀਰੇ, ਰੋਕਦੀ ਸੀ ਮੇਰੀ ਕੁੜੀ, ਆ ਤਾਂ ਵੀ ਤੂੰ ਨਾ ਕਰ। ਫਿਰ ਇਹ ਵੀ ਕਹਿੰਦੀਆਂ ਨੇ ਸਾਨੂੰ ਤੋਰ ਕਿਸੇ ਪਾਸੇ, ਸਾਨੂੰ ਖਰਚੇ ਦੀ ਲੋੜ ਆ ਵੀਰੇ, ਇਹ ਵੀ ਹੁਣ ਝੂਠ ਬੋਲਦੀਆਂ। ਇਹਨਾਂ ਤਾਂ ਤੁਸੀਂ ਵੀਰੇ, ਮੈਂ ਇਹਨਾਂ ਨੂੰ ਝੂਠ ਨਾ ਬੋਲ, ਗੱਪਣਾ ਮਾਰੇ, ਕੁੜੀਆਂ ਚਿੱਟੇ ਦੀਆਂ ਆਦੀ ਕਰਦੀਆਂ ਤੁਸੀਂ? ਨਹੀਂ ਬਾਈ, ਇਹ ਬੈਠੀਆਂ ਵਿਚਾਰੀ, ਇਹਨਾਂ ਸਾਹਮਣੇ ਤੁਸੀਂ ਝੂਠ ਬੋਲੀ ਜਾਂਦੇ ਹੋ? ਨਹੀਂ ਬਾਈ, ਸਾਡੇ ਕੋਲ ਤਾਂ ਸਾਡੇ ਕੁੜੀਆਂ ਕੋਲ ਲੈ, ਕੁੜੀਆਂ ਲਵੇ, ਆ ਚਿੱਟਾ ਲਿਆ ਕੇ ਦਿੰਦੇ ਆ ਭੈਣੇ, ਇਹ ਚਿੱਟਾ ਦਿੰਦੇ ਆ ਨਾ ਤੁਹਾਨੂੰ, ਚਿੱਟਾ ਪੀਂਦੀਆਂ ਰਹੀਆਂ ਤੁਸੀਂ, ਹੈਨਾ? ਇਹ ਇਹ ਬੰਦਾ ਲਿਆ ਕੇ ਦਿੰਦਾ? ਤੁਹਾਡਾ ਅਸਲੀ ਪਿੰਡ ਕਿਹੜਾ? ਚੌਕ ਆ। ਇਹਨਾਂ ਕੋਲ ਆ ਗਏ ਤੇ ਇਹ ਗਾਹਾਂ ਵਿਆਹ ਦਿੰਦੇ ਆ, ਕੁਛ ਕੁ ਪੈਸੇ ਤੁਹਾਨੂੰ ਦੇ ਦਿੰਦੇ ਆ, ਬਾਕੀ ਆਪ ਰੱਖ ਲੈਂਦੇ ਆ। ਕਿੰਨੀ ਥਾਂ ਤੇ ਇਹ ਕੰਮ ਹੋ ਗਿਆ? ਪਹਿਲਾਂ ਭਟਾਲ ਗਈ ਸੀ, ਇਹ ਭਟਾਲ ਵਾਲਾ ਮੁੰਡਾ ਵੀ ਉਰੇ ਕਿਹੜਾ? ਇੱਧਰ ਆ ਜਾ। ਪਹਿਲਾਂ ਇਹ ਕੁੜੀ ਤੈਨੂੰ ਵਿਆਹੀ ਸੀ? ਹਾਂਜੀ, ਮੈਨੂੰ। ਇਸ ਨੂੰ ਵਿਆਹੀ ਸੀ ਭੈਣੇ? ਅੱਛਾ, ਇਹਨੂੰ ਵਿਆਹੀ ਸੀ। ਇਹ ਕਿੰਨੇ ਦਿਨ ਰਹੀ? 9 ਦਿਨ। ਅੱਛਾ, 9 ਦਿਨਾਂ ਤੋਂ ਬਾਅਦ ਵਾਪਸ ਇਹਨਾਂ ਕੋਲ ਆ ਗਈ ਤੇ ਫੇਰ ਉਰੇ ਵਿਆਹ ਤਾਂ? ਉਸ ਤੋਂ ਬਾਅਦ ਕਿਹੜਾ ਮੁੰਡਾ? ਤੇ ਹੁਣ ਫੇਰ ਆ ਸੀ ਇੱਧਰ ਆ ਜਾ, 10-12 ਦਿਨ ਮਰ ਗਏ ਤਾਂ ਕਹਿੰਦੀ ਆ। 10-12 ਕਿੰਨੇ ਦਿਨ? ਮੈਨੂੰ ਵੀ ਦੱਸ ਕਿੰਨੇ ਦਿਨ ਉਠੇ? ਕੋਈ ਨਹੀਂ, ਉਹ ਤਾਂ ਇਹਨਾਂ ਦੇ ਕਹਿਣ ਤੇ ਦਿੰਦੀ। ਹਾਂ, ਇਹਨਾਂ ਦੇ ਕਹਿਣ ਤੇ 3 ਦਿਨ ਉੱਠੀ ਨਹੀਂ ਪੂਰਾ ਵੀ। ਅੱਛਾ, ਚਿੱਟੇ ਦੇ ਚਿੱਟੇ ਦੇ ਆਦੀ ਹੋ ਗਈ ਭੈਣੇ ਪੂਰੀ, ਹੈਨਾ? ਜਦੋਂ ਕਦੋਂ ਕਿੰਨਾ ਟਾਈਮ ਹੋ ਗਿਆ ਇਹਨਾਂ ਕੋਲ ਆਈ ਨੂੰ? ਅੱਛਾ, ਮਹੀਨੇ ਤੋਂ ਚਿੱਟਾ ਤੈਨੂੰ ਦੇ ਦਿੰਦੇ ਸੀ ਤੇ ਵਿਆਹ ਕਰ ਦਿੰਦੇ। ਅੱਛਾ, ਹੁਣ ਤੋੜ ਲੱਗਦੀ ਹੈ ਸਰੀਰ ਨੂੰ, ਹੈਨਾ? ਰੋਣਾ ਜਮੀ ਵੀ, ਘਬਰਾਉਣਾ ਕੋਈ ਨਹੀਂ, ਕੋਈ ਨਹੀਂ ਘਬਰਾਉਣਾ, ਤੈਨੂੰ ਕੁਛ ਨਹੀਂ ਹੋਣ ਦਿੰਦੇ ਭੈਣੇ, ਇਹਨਾਂ ਇਹਨਾਂ ਬੰਦਿਆਂ ਨੇ ਤੇਰੀ ਜ਼ਿੰਦਗੀ ਖਰਾਬ ਕੀਤੀ। ਜਮੀ ਨਾ ਘਬਰਾ, ਰੋਣਾ ਕੋਈ ਨਹੀਂ। ਇਹ ਕੁੜੀ ਬਈ, ਤੂੰ ਕੁੜੀ ਕਿੱਥੋਂ? ਫਿਰੋਜ਼ਪੁਰ ਤੋਂ। ਇਹਨਾਂ ਕੋਲ ਕਦੋਂ ਆਈ ਸੀ? ਕੱਲ? ਨਹੀਂ, ਕੱਲ ਕਿਉਂ? ਜਦੇ ਇਹਦਾ ਕੁੜੀ ਦਾ ਵਿਆਹ ਸੀ ਉਹਦੇ ਵਿੱਚ ਖੜੀਆਂ ਤੂੰ?
ਅੱਛਾ ਇਹਨਾਂ ਕੋਲ ਕਿੰਨੇ ਟਾਈਮ ਤੋਂ ਰਹਿਣੀ ਹੈ? ਅੱਛਾ ਕਿਵੇਂ ਆਈ ਇਹਨਾਂ ਕੋਲ? ਇੱਕ ਮਿੰਟ ਬਾਈ ਬੋਲਣਾ ਯਾਰ, ਕਿਵੇਂ ਆਈ ਇਹਨਾਂ ਕੋਲ? ਇਹਨਾਂ ਕੋਲ ਮੈਂ ਬਚਪਨ ਤੋਂ ਦੀ ਮਾਸੀ ਕੋਲ ਰਹਿੰਦੀ ਸੀ, ਮਤਲਬ ਕਿ ਬਹੁਤ ਜ਼ਿਆਦਾ ਗਰੀਬ ਸੀ। ਤੇ ਉਹਨਾਂ ਨੇ ਕਿਹਾ ਸੀ ਵੀ ਕਿਸੇ ਚੰਗੇ ਘਰ 'ਚ ਰਿਸ਼ਤਾ ਕਰਾ ਦਿਓ, ਬਾਕੀ ਕੋਈ ਪੈਸਾ ਧੇਲਾ ਨਹੀਂ ਸੀ। ਇਹ ਚਿੱਟਾ ਚਿੱਟਾ ਤੂੰ ਵੀ ਪੀਨੀ ਆ? ਕਿੰਨੇ ਟਾਈਮ ਤੋਂ? ਜਦੋਂ ਵੀ ਰਹਿਣੀ ਇਹਨਾਂ ਕੋਲ? ਇਹ ਬੰਦਾ ਲਿਆ ਕੇ ਦਿੰਦਾ ਚਿੱਟਾ ਤੈਨੂੰ? ਆਹ ਵੀ ਨਾਲ ਹੈ? ਇਹ ਕੌਣ ਹੈ? ਇਹ ਲਿਆ ਕੇ ਦਿੰਦਾ ਮਤਲਬ ਰਹਿੰਦੀ ਤਾਂ ਉੱਥੇ ਹੀ, ਇਹ ਵੀ ਤੁਹਾਡੇ ਨਾਲ ਹੀ ਜਨਾਨੀ। ਆਹ ਦੇਖ ਸਕਦੇ ਹੋ ਬਾਈ, ਤੁਸੀਂ ਦੇਖ ਸਕਦੇ ਹੋ ਕੁੜੀਆਂ ਨੂੰ ਚਿੱਟੇ ਤੇ ਲਾ ਕੇ ਇਹਨਾਂ ਦਾ ਸਰੀਰਕ ਸ਼ੋਸ਼ਣ ਕਰਾਇਆ ਜਾ ਰਿਹਾ ਇਸ ਬੰਦੇ ਵੱਲੋਂ। ਤੇ ਆਹ ਲੇਡੀਜ਼ ਇਹਦੇ ਨਾਲ ਰਲੀ ਹੋਈ ਹੈ। ਕਿਆ ਲੇਡੀਜ਼? ਆਹ ਲੇਡੀਜ਼ ਨਾਲ ਚੁੱਪ ਕਰ ਜਾ ਨਾਲ ਆ ਤੂੰ ਇਹ ਤੇਰੇ ਘਰ ਵਾਲਾ ਖੜਾ ਇੱਥੇ ਕਰ, ਮੈਂ ਲੜਦੀ ਸੀ, ਮੈਨੂੰ ਆ ਦੱਸ ਇਹ ਤੇਰੇ ਘਰ ਵਾਲਾ ਥਾਗਾ ਵੀਰੇ, ਮੈਂ ਲੜਦੀ ਸੀ। ਤੂੰ ਨਾਲ ਤਾਂ ਹੁਣ ਕਿਵੇਂ ਆ ਗਈ ਵੀਰੇ ਰਿਸ਼ਤਾ ਕਰਾਉਣ? ਪਹਿਲੇ ਕੱਲ ਕੁੜੀ ਤੋਂ ਨਹੀਂ, ਹੁਣ ਕਿਵੇਂ ਆ ਗਈ ਵੀਰੇ ਰਿਸ਼ਤਾ ਗਰਾਉਂਡ ਬਾਰੇ? ਤੈਨੂੰ ਸੱਦਿਆ ਲਾਲਚ ਦੇ ਕੇ ਤਾਂ ਆਈ ਯਾਰੇ? ਨਾ ਵੀਰੇ, ਮੈਂ ਤਾਂ ਉਹ ਵੀ ਅੱਗੇ ਵੀ ਆ ਕੇ ਗਏ ਆ ਸੀ, ਪਹਿਲਾਂ ਵੀ ਆ ਕੇ ਮਿਲ ਕੇ ਗਏ ਆ। ਇਹ ਧੀਆਂ ਭੈਣਾਂ ਹੈ ਨਹੀਂ ਕਿਸੇ ਦੀਆਂ? ਜੇ ਇਹਨਾਂ ਨੇ ਕਿਸੇ ਗਰੀਬ ਘਰੇ ਜਨਮ ਲੈ ਲਿਆ ਤਾਂ ਮਤਲਬ ਤੁਸੀਂ ਸ਼ੋਸ਼ਣ ਕਰੋਗੇ ਇਹਨਾਂ ਦੇ? ਹਾਂ ਦੇਖ ਸਕਦੇ ਹੋ ਬਾਈ, ਇਹਨਾਂ ਦਾ ਕੰਮ ਹੀ ਇਹ ਹੈ ਕਿ ਆਹ ਕੁੜੀਆਂ ਨੂੰ, ਬੇਚਾਰੇ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਚਿੱਟੇ ਤੇ ਲਾਉਂਦੇ ਆ। ਚਿੱਟੇ ਤੇ ਲਾਉਣ ਤੋਂ ਬਾਅਦ ਬਾਈ ਤੇ ਫਿਰ ਉਹਨਾਂ ਦਾ ਵਿਆਹ ਕਰ ਦਿੰਦੇ ਆ ਤੇ 70,000 ਰੁਪਇਆ ਰਿਸ਼ਤਾ ਕਰਾਉਣ ਦਾ ਲੈਂਦੇ ਆ ਤੇ ਫਿਰ ਮਹੀਨੇ ਕੁ ਬਾਅਦ ਰੌਲਾ ਪਾ ਲੈਂਦੇ ਆ ਤੇ ਕੁੜੀਆਂ ਨੂੰ ਵਾਪਸ ਬੁਲਾ ਲੈਂਦੇ ਆ ਤੇ ਫਿਰ ਉਸੇ ਕੁੜੀਆਂ ਦਾ ਰਿਸ਼ਤਾ ਗਾਹਾਂ ਕਰ ਦਿੰਦੇ ਆ। ਪਤਾ ਨਹੀਂ ਕਿੰਨੀਆਂ ਕੁੜੀਆਂ ਇਹਨਾਂ ਨੇ ਸਰੀਰਕ ਸ਼ੋਸ਼ਣ ਕਰਵਾਇਆ ਇਸ ਬੰਦੇ ਨੇ। ਇਹ ਬੰਦਾ ਇਹ ਆਪਦੇ ਆਪ ਨੂੰ ਮੱਤੀ ਦਾ ਦੱਸਦਾ, ਵੈਸੇ ਇਹਦੀ ਸਾਰੀ ਡਿਟੇਲ ਅਸੀਂ ਪਤਾ ਕਰਨਾ, ਸਹੀ ਦੱਸ ਦੇ ਕਿੱਥੋਂ ਨਾ ਮਗਰਾ ਕਿੱਥੋਂ ਨਾ ਤੇਰਾ ਸਰ? ਮੱਤੀ 26 ਸਾਲ ਪਹਿਲਾਂ ਜੀ ਉੱਥੇ ਉਹਦਾ ਮੱਤੀ ਦਾ ਐਡਰੈਸ ਇਹਦਾ। ਅੱਛਾ ਮੱਤੀ ਆ ਗਿਆ ਸੀ? ਹਾਂਜੀ, ਡੈਡੀ ਮੇਰਾ ਸਪੇਅਰ ਹੋ ਗਿਆ ਸੀ, ਅਸੀਂ ਮੱਤੀ ਰਹਿੰਦੇ ਸੀ। ਅੱਛਾ ਹੁਣ ਕਿੰਨੀਆਂ ਕੁੜੀਆਂ ਨੇ ਹੋਰ ਤੁਹਾਡੇ ਕੋਲ? ਸਹੀ ਦੱਸ। ਕੋਈ ਨਹੀਂ ਬਾਈ, ਆਹ ਦੋ। ਹਾਂਜੀ ਇਹ ਕੁੜੀ ਸੀ ਇਕੱਲੀ ਜੀ, ਇਕੱਲਾ ਹੀ ਸੀ। ਆਹ ਕੁੜੀ ਦਾ ਵਿਆਹ ਕਰਾਇਆ? ਹਾਂਜੀ ਦਾ ਵਿਆਹ ਕਰਾਇਆ। ਆ ਜਿਹੜਾ ਸ਼ਰਮ ਨਹੀਂ ਆਉਂਦੀ ਤੈਨੂੰ? ਜਿਹੜਾ ਹੁਣ ਫੋਨ ਆ ਰਿਹਾ ਦੇਖੋ ਉਸੇ ਤੋਂ ਤੈਨੂੰ ਨਹੀਂ ਸ਼ਰਮ ਆਉਂਦੀ? ਨਹੀਂ, ਤੇਰੀ ਧੀ ਨੂੰ ਕੋਈ ਲੈ ਕੇ ਜਾਵੇ ਚਿੱਟਾ ਪਿਆਵੇ ਫਿਰ ਉਹਦਾ ਵਿਆਹ ਕਰਾਵੇ, ਫਿਰ ਸ਼ਰਮ ਹੈ? ਗੁਰਦੁਆਰਾ ਸਾਹਿਬ 'ਚ ਹੀ ਕੰਮ ਕਰਦਾ ਬਾਈ, ਬੈਠ ਕੇ ਗੁਰਦੁਆਰਿਆਂ 'ਚ ਤੁਸੀਂ ਆਨੰਦ ਕਰਾਉਣੇ ਨਾ ਕੁੜੀਆਂ ਦੇ, ਬਿਠਾ ਕੇ ਦਿਖਾਉਂਦਾ ਵੀਰੇ ਉੱਥੇ, ਉੱਥੇ ਗੁਰਦੁਆਰਿਆਂ 'ਚ ਬਿਠਾ ਕੇ ਦਿਖਾਉਣੇ ਹੋ ਤੁਸੀਂ। ਆਹ ਦੇਖ ਸਕਦੇ ਹੋ ਭਰਾਵੋ, ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਦਾਂ ਦੇ ਗਰੋਹ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਪੈਰ ਪਸਾਰੇ ਹੋਏ ਨੇ, ਪੈਰ ਪਸਾਰੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ, ਪੂਰੇ ਪੰਜਾਬ 'ਚ ਰਿਸ਼ਤੇ ਕਰਾਉਂਦੇ ਆ, 70,000 ਰੁਪਇਆ ਲੈਂਦੇ ਆ ਤੇ ਉਸ ਤੋਂ ਬਾਅਦ ਕੁੜੀ ਨੂੰ ਮਹੀਨੇ ਕੁ ਬਾਅਦ ਵਾਪਸ ਬੁਲਾ ਲੈਂਦੇ ਆ ਤੇ ਫਿਰ ਅੱਗੇ ਹੋਰ ਤੋਰ ਦਿੰਦੇ ਆ। ਆਹ ਕੁੜੀਆਂ ਵਿਚਾਰੀਆਂ ਆਹ ਚਿੱਟੇ ਦੀਆਂ ਆਦੀ ਹੋ ਗਈਆਂ, ਚਿੱਟਾ ਪੀਣ ਲਈ ਤਰਸ ਰਹੀਆਂ ਨੇ ਅੱਜ ਜਿੱਥੇ ਇਹ ਅੱਗੇ ਵਿਆਹ ਦਿੰਦੇ ਆ। ਤੇ ਮੈਨੂੰ ਮੈਨੂੰ ਇਹ ਵੀ ਪਤਾ ਕਿ ਇਹ ਬੰਦੇ ਕੋਲੋਂ ਚਿੱਟਾ ਵੀ ਜ਼ਰੂਰ ਨਿਕਲੂਗਾ। ਚਿੱਟਾ ਹੈਗਾ ਤੇਰੇ ਕੋਲ? ਹੈਂ, ਕਾਹਤੇ ਆਇਆ ਤੂੰ? ਗੱਡੀ ਕਿੱਥੇ ਤੇਰੀ? ਇਹਦੀ ਗੱਡੀ ਚੈੱਕ ਕਰੋ, ਔਰਤ ਦੀ ਔਰਤ ਦੁਸ਼ਮਣ। ਹਾਂ ਆਹ ਦੇਖ ਲਓ ਬਾਈ, ਇੱਦਾਂ ਦੀਆਂ ਔਰਤਾਂ ਸਾਡੇ ਸਮਾਜ ਨੂੰ ਗੰਧਲਾ ਕਰ ਰਹੀਆਂ ਨੇ, ਇੱਦਾਂ ਦੀਆਂ ਔਰਤਾਂ। ਆਹ ਦੇਖ ਸਕਦੇ ਹੋ ਤੁਸੀਂ, ਇਹਦੀ ਗੱਡੀ ਚੈੱਕ ਕਰੋ ਬਾਈ, ਚਲੋ ਗੱਡੀ ਚੈੱਕ ਕਰੋ, ਇਹਨੂੰ ਰੱਖੀ ਗੱਲੂ ਚਾਬੀ ਦੇ ਗੱਡੀ ਦੀ, ਵੀਰੋ ਗੱਡੀ ਹੈ, ਬਹੁਤ ਵੱਡਾ ਗਰੋਹ ਹੈ, ਬਹੁਤ ਵੱਡੇ ਮਤਲਬ ਸਰੀਰਕ ਸ਼ੋਸ਼ਣ ਕਰਵਾ ਰਹੇ ਨੇ ਬੰਦੇ ਯਾਰ, ਚਿੱਟੇ ਨਾਲ ਚਿੱਟੇ ਤੇ ਕੁੜੀਆਂ ਨੂੰ ਲਾ ਰਹੇ ਨੇ, ਚਿੱਟੇ ਤੇ ਲਾ ਕੇ ਕੁੜੀਆਂ ਦੇ ਸਰੀਰਕ ਸ਼ੋਸ਼ਣ ਕਰਦੇ ਆ, ਅੱਗੇ ਵਿਆਹਦੇ ਤੇ ਗਰੀਬ ਘਰਾਂ ਦੇ ਮੁੰਡੇ ਵਿਚਾਰੇ ਜਿਨ੍ਹਾਂ ਨੂੰ ਰਿਸ਼ਤੇ ਨਹੀਂ ਹੁੰਦੇ ਉਹ ਰਿਸ਼ਤੇ ਲੈ ਲੈਂਦੇ ਆ ਅਚਾਨਕ ਹੀ, ਕਿਉਂਕਿ ਪਤਾ ਹੀ ਹੁੰਦਾ ਜਿਨ੍ਹਾਂ ਨੂੰ ਨਹੀਂ ਹੁੰਦੇ ਵਿਚਾਰਿਆਂ ਨੂੰ, ਜਦੋਂ ਰਿਸ਼ਤੇ ਹੋ ਜਾਂਦੇ ਉਸ ਤੋਂ ਬਾਅਦ 70,000 ਤਾਂ ਪਹਿਲਾਂ ਹੀ ਲੈ ਜਾਂਦੇ ਆ ਤੇ ਫਿਰ ਜਦੋਂ ਨਿਬੇੜਦੇ ਆ ਫਿਰ ਦੁੱਗਣੇ ਪੈਸੇ ਲੈਂਦੇ ਆ। ਇਸ ਕਰਕੇ ਭਰਾਵੋ ਬਚੋ, ਬੋਲੋ ਯਾਰ, ਆਵਾਜ਼ਾਂ ਉਠਾਓ, ਵੀਡੀਓ ਨੂੰ ਭਰਾਵੋ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗੇ ਕਿ ਇੱਦਾਂ ਦੇ ਬੰਦੇ ਫੜੇ ਜਾ ਸਕਣ। ਆਹ ਗੱਡੀ ਲਈ ਫਿਰਦਾ, ਇਹੀ ਜੀ ਗੱਡੀ ਆਪਣੇ ਕੋਲ ਹੋਵੇ
फस पैदा चिट्टा होवे खोल के देख दे आ देख सकते हो बई ए चिट्टा पियाउण वास्ते आया सी इत्थे कुड़ी नूं ते पता नहीं यार चिट्टे नाल किन्नियां क कुड़ियां दे इह शोषण करदे आ चिट्टा पिया के बेचारियां नूं अगे ब्याह दिंदे आ चलो उत्थी चलो चिट्टा नहीं पता साला ਸਾਡੀ ਗੱਡੀ ਤਾਂ ਆਉਂਦਾ ਨੀ ਆ ਪੰਨੀ ਵਿੱਚ ਤੇਰੇ ਬਟੂਏ ਚ ਮਿਲੀ ਹਾਂ ਲਿਪੜਾ ਤਿਪੜਾ ਪਿਆ ਬਈ ਮੈਂ ਬੜਾ ਤੇ ਹੈਗਾ ਸੀ ਨਹੀਂ ਚਿੱਟਾ ਤਾਂ ਹੈ ਹਾਂ ਫਿਰ ਤੁਸੀਂ ਕਹਿੰਦੇ ਵੀ ਗਰਾੜੀ ਉਹ ਚਿੱਟਾ ਤਾਂ ਹੈਗਾ ਹਲੇ ਵੀ ਬਈ ਮੰਨ ਨਹੀਂ ਹੈਗਾ ਚਿੱਟਾ ਹੈ ਫਿਰ ਹੋਰ ਕੀ ਹੈ ਤੂੰ ਕਹਿੰਦਾ ਹੈ ਨਹੀਂ ਆ ਪੰਨੀ ਇਹ ਕੁੜੀਆਂ ਨੂੰ ਵਿਚਾਰਿਆਂ ਨੂੰ ਚਿੱਟੇ ਤੇ ਲਾ ਲਾ ਨੇ ਜ਼ਿੰਦਗੀ ਖਰਾਬ ਕਰਤੀ जवान कुड़ी होवे तेरे ते तू फुद्दू काम करे लोकां दीआं धीआं भैणां नाल खलवाड़ करे इज्जतां नाल आ देख सकते हो आ हालात ने बई साडे पंजाब दे यार आ हालात ने आ टॉर्चा जी लाओ बई टॉर्चा लाओ फोनां ते आ हालात ने पंजाबियो ऐदां दे कारोबार चला ले लोकां ने की यार कम कोई करना नहीं चिट्टे पीने ने ते चिट्टे पीण तो बाद बई कुड़ियां नूं चिट्टियां ते ला के ते इन्हां नूं ब्याह देणा सत्तर सत्तर हजार रुपया इन्हां दे जिस्म दा संगरूर इन्हां ने लैणा यार संगरूर तो बोलदे रो ना रो ना तू काबली नहीं भी तू माफ तेन कोई माफ कर दे आतियां ने किसे दियां कोई जुर्म नहीं करता भी ये गरीब घर जे जन्म ले लिया तुसीं इन्हां दे शोषण करोगे जुर्म नहीं करता इन्हां ने दिहाड़ियां तो पैसे लैणा बेचारे दिहाड़ी करदे ने इन्हां तो बेचारियां नूं अगे ब्याह ब्याह के तू सत्तर सत्तर हजार रुपया लैणा जिहड़े दिहाड़ी करदे ने उन्हां तो ये बेचारियां गरीब घर दियां कुड़ियां ने ਸਾਡੇ ਧੁਰੇ ਵੀ ਸਾਲੀ ਬਣਾ ਕੇ ਤੁਰੀ ਨੇ ਮੱਤੇ ਕਹਿੰਦਾ ਸਾਲੀ ਆ ਕਹਿੰਦਾ ਇੱਕ ਦਿਨ ਪਹਿਲਾਂ ਤੁਰੀ ਹੈ ਤਾਂ ਜੋਤੀ ਤੋਂ ਜੋਤੀ ਬਟਾਲੇ ਸਾਡੇ ਤੋਂ ਤੁਰੀ ਬਟਾਲੇ ਛੋਟੀ ਮੁੜ ਕੇ ਪਤਾ ਠਿਕਾਣਾ ਸਿੱਧਾ ਮੁੜ ਸਕਦੇ ਸਾਡੀ ਕੁਛ ਲੱਗ ਨਹੀਂ ਵਾਲੀ ਹੈ ਜੇ ਇਹਨੇ ਭੈਣ ਮੇਰੇ ਜੱਗੇ ਦੇ ਕਾਲੀ ਹੈ ਵੀਰੇ ਜਿਹੜੀ ਇਹਨਾਂ ਦੀ ਕੁੜੀ ਹੈ ਨਾ ਉਹ ਵੀ ਵਿੱਚ ਇਹ ਕੰਮ ਦੇ ਉਹ ਬਾਹਰ ਲੱਗ ਰਹੀ ਹੈ ਉਹ ਕਰਨਾ ਫੋਨ ਆ ਰਿਹਾ ਜਿਹੜੀ ਕੁੜੀ ਹੈ ਇਹਨਾਂ ਦੀ ਉਹ ਵੀ ਵਿੱਚ ਇਹ ਕੰਮ ਦੇ ਉਹ ਫੋਨ ਤੇ ਲੱਗ ਰਹੀ ਹੈ ਉਹ ਕਰਨਾ ਕੁੜੀ ਸਾਡੀ ਵਿਆਹ ਵਿੱਚ ਆ ਬਈ ਕੁੜੀ ਨੇ ਬਾਹਰ ਰੋ ਕੇ ਸਾਰਾ ਕੁਛ ਕਰਿਆ ਕੁੜੀ ਨੇ ਮੈਂ ਕਹਿੰਦਾ ਮੈਂ ਜਲਵਾਂ ਕੇ ਬਾਹਰ ਰੋ ਕੇ ਸਾਡੇ ਵਿਆਹ ਵਿੱਚ ਆ ਕੁੜੀ ਵੀ ਸਾਡੇ ਫੋਟੋ ਹੈਗੇ ਨੇ ਆਹੋ ਉਹ ਫੋਨ ਆ ਰਿਹਾ ਰਿਕਾਰਡਿੰਗ ਹੋਣੀ ਉਹਦੇ ਫੋਨ ਤੇ ਕਣਕਵਾਲ ਨਾ ਜੀ ਮੈਂ ਅੱਡੇ ਤੇ ਜਖੇਪਲ ਵਾਲੇ ਤੇ ਬੰਦਾ ਭੇਜਦਾ ਜੀ ਮੁੰਡਾ ਤੇ ਨਾਲੇ ਹਾਂ ਜਖੇਪਲ ਵਾਲੇ ਪਾਸੇ ਹੋ ਜੀ ਬਸ ਸਿੱਧੇ ਹੀ ਆ ਜਾਇਓ ਜੀ ਪਿੰਡ 'ਚ ਵੜ ਜਾਓ ਪਿੰਡ 'ਚ ਵੜ ਜਾਓ ਅੱਗੇ ਗੱਡੀ ਖੜੀ ਆ ਜੀ ਆਪਣੇ ਵਰਨਾ ਚਿੱਟਾ ਫੜਿਆ ਜੀ ਤੇ ਨਾਲੇ ਗਰੋਹ ਆਏ ਤਾਂ ਕੁੜੀਆਂ ਦੇ ਰਿਸ਼ਤੇ ਰੁਸ਼ਤੇ ਕਰਾਉਂਦੇ ਆ ਜੀ ਕੁੜੀਆਂ ਵੀ ਉਰੀ ਬੈਠੀਆਂ ਨੇ ਇਹ ਚਿੱਟਾ ਪੀਂਦੀਆਂ ਨੇ ਵਿਚਾਰੀਆਂ ਆ ਜਾਓ ਜੀ ਮਾੜਾ ਜਿਹਾ ਉਰੇ ਹੀ ਆ ਰਹੇ ਨੇ ਮਾੜਾ ਜਿਹਾ ਉੱਥੋਂ ਦੇ
ਗੋਪੀ ਜਾ ਤੂੰ ਤੇਰੇ ਫੋਨ ਤੋਂ ਕਰਿਆ ਲੱਲੂ ਨਹੀਂ ਤੇਰੇ ਫੋਨ ਤੋਂ ਕਰਿਆ ਬਾਈ ਉੱਥੇ ਨਾਲ ਧਮਕੀਆਂ ਦਿੰਦਾ ਉਹਨਾਂ ਤੋਂ ਬੁੜੀਆਂ ਨੇ ਦੋ ਤਿੰਨ ਖਰੀਦ ਵੰਡ ਰੱਖੀਆਂ ਨੇ ਉਹਨਾਂ ਨੂੰ ਇਹ ਪੰਜ ਚਾਰ ਹਜ਼ਾਰ ਰੁਪਏ ਦੇ ਦਿੰਦੇ ਨੇ ਵੀ ਰਿਸ਼ਤਾ ਕਰਾ ਉਹਨਾਂ ਨੂੰ ਵੀ ਇਹ ਇੰਨਾ ਭਰੋਸਾ ਦਿੰਦੇ ਨੇ ਮੰਨ ਲਓ ਗੁਰੂ ਘਰ ਚ ਬਿਠਾ ਕੇ ਵੀ ਨੌਵੇਂ ਪਾਤਸ਼ਾਹੀ ਚ ਵੱਡੇ ਗੁਰਦੁਆਰੇ ਚ ਅਕਾਲੀ ਸਾਹਿਬ ਬਿਠਾ ਗਿਆ ਬਿਠਾ ਕੇ ਇੰਨਾ ਭਰੋਸਾ ਦਿੰਦੇ ਨੇ ਉਹਨਾਂ ਨੂੰ ਭਲੋ ਲੈਂਦੇ ਨੇ ਇਹ ਕਹਿੰਦੇ ਨੇ ਕੁੜੀ ਸਾਡੇ ਕੋਲ ਰਹਿੰਦੀ ਹੈ ਤੇ ਮਾਂ ਪਿਓ ਮਰੇ ਹੋਏ ਨੇ ਕਿਸੇ ਦੇ ਇਹ ਫੱਫੜ ਬਣ ਜਾਂਦੇ ਨੇ ਜੀ ਕਿਸੇ ਦੇ ਮਾਸੜ ਬਣ ਜਾਂਦੇ ਨੇ ਫੁੱਲ ਯਕੀਨ ਦੇ ਕੇ ਹੀ ਅਗਲੇ ਨੂੰ ਉਹਨਾਂ ਨੂੰ ਕਹਿੰਦੇ ਪੰਜ ਚਾਰ ਸੌ ਨੂੰ ਵਿੱਚੋਂ ਦੇ ਦਾਂਗੇ ਉਹਨਾਂ ਨੂੰ ਭਲੋ ਲੈਂਦੇ ਨੇ ਫਿਰ ਇਹ ਐ ਲੋਕਾਂ ਨੂੰ ਪਸੰਦ ਨੇ ਆਹ ਕੁੜੀ ਨੂੰ ਇਹਨਾਂ ਨੇ ਜੋ ਦੂਜੀ ਵਾਰ ਫਸਾਇਆ ਜੀ ਜਵਾਬ ਦਿੰਦਾ ਕੋਈ ਨਾ ਪੁਲਿਸ ਤਾਂ ਮੇਰਾ ਬਥੇਰਾ ਹੱਥ ਹੈਗਾ ਕਿਹੜੇ ਪੁਲਿਸ ਵਾਲੇ ਨੇ ਬਈ ਉਹ ਵੀ ਦੱਸ ਦੇਵੇ ਇਹ ਕਿਸੇ ਨੂੰ ਕਹਿੰਦਾ ਤੇਰਾ ਮੁੰਡਾ ਚੁਕਾ ਦੂੰ ਘਰੋਂ ਮੈਂ ਕਿਸੇ ਨੂੰ ਕਹਿੰਦਾ ਮੈਂ ਮਰਵਾ ਦੂੰ ਮੈਨੂੰ ਵੀ ਅੱਜ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਮੈਨੂੰ ਲੋਕ ਕਹਿੰਦੇ ਸੀ ਵੀ ਤੇਰੇ ਨਾਲ ਐਂ ਕਰ ਦੂ ਤੇਰੇ ਨਾਲ ਐਂ ਕਰ ਦੂ ਇਹ ਬੰਦਾ ਫਿਰ ਉੱਤੋਂ ਅਗਲੇ ਨੂੰ ਧਮਕੀਆਂ ਦਿੰਦਾ ਐਤਵਾਰ ਮੰਮੀ ਤੁਸੀਂ ਚਲੇ ਜਾਓ ਮਹਾਂ ਕੀ ਗੱਲ ਪੁੱਤ ਮਹਾਂ ਅਸੀਂ ਤਾਂ ਤਿੰਨ ਜਾਣੇ ਆਏ ਬੈਠੇ ਮਹਾਂ ਮੇਰੀ ਦੋਤ ਨੂੰ ਨਾਲ ਮਾਇਆ ਮੁੰਡਾ ਤਿੰਨੇ ਲੈਣ ਆਇਆ ਕਹਿੰਦੀ ਮਾਸਟਰ ਜੀ ਛੱਡਣਗੇ ਮਹਾਂ ਨਾ ਬੇਟਾ ਇਹ ਗੱਲ ਝੂਠ ਮਹਾਂ ਅਸੀਂ ਆਏ ਬੈਠੇ ਅਸੀਂ ਜੀ ਇਹਨੂੰ ਵਡਿਆ ਕੇ ਇਹਦੇ ਪਾਓ ਚੋਂ ਕੱਢ ਲੇ ਲਿਆ ਕੇ ਮੈਂ ਬਹੁਤੇ ਆਹ ਦੋਨੇ ਮੇਰੇ ਮੁੰਡੇ ਨਾਲ ਚੜ੍ਹਾ ਤੇ ਮੈਂ ਭੀਖੀ ਤੋਂ ਬੱਸ ਚੜ੍ਹ ਗਈ ਬੱਸ ਚ ਮੈਨੂੰ ਉਹ ਕੁੜੀ ਕਿਰਨਾ ਮਿਲ ਗਈ ਉਹ ਮੈਨੂੰ ਕਹਿੰਦੀ ਭੈਣੇ ਤੁਹਾਡੇ ਕੁੜੀ ਜਿਹੜੀ ਵਿਆਹੀ ਹੈ ਕੀ ਨਾਂ ਹੈ ਮਹਾਂ ਜੋਤੀ ਹੈ ਭਾਈ ਜਦੋਂ ਆਪਣੇ ਚਿੱਤ ਚ ਪੁੰਨ ਪਾਪਣੀ ਕਹਿੰਦੀ ਭਾਈ ਜੋਤੀ ਤੇ ਤਾਂ ਪਰਚਾ ਦਰਜ ਹੋਊ ਮਹਾਂ ਕਾਹਦਾ ਕਹਿੰਦੀ ਤੁਹਾਡੇ ਵਿਆਹੀ ਉਹ ਮਹਾਂ ਹਾਂ ਭੈਣੇ ਕਹਿੰਦਾ ਮਹਾਂ ਪਿੰਡ ਕਿਹੜਾ ਕਹਿੰਦੀ ਪਟਾਲ ਹੈ ਮਹਾਂ ਹਾੜੇ ਮੇਰੀ ਭੈਣ ਜਿਹੜਾ ਧੋਖਾ ਤੁਹਾਡੇ ਨਾਲ ਹੋਇਆ ਉਹੀ ਸਾਡੇ ਨਾਲ ਹੋ ਗਿਆ ਮਹਾਂ ਤੁਸੀਂ ਕੁਛ ਨਾ ਕਰੋ ਆਪਾਂ ਰਲ ਕੇ ਚੱਲਾਂਗੇ ਤੁਸੀਂ ਮੇਰੇ ਪਿੰਡ ਕਣਕ ਵਾਲ ਆ ਜਾਓ ਤੁਸੀਂ ਜੋਤੀ ਨੂੰ ਦੇਖ ਲਿਓ ਜੇ ਤੁਹਾਡੀ ਸਾਮੀ ਜੋਤੀ ਹੋਈ ਮੈਨੂੰ ਡਾਲ ਨੀ ਵੀ ਮੇਰੇ ਪੁੱਤ ਦਾ ਘਰ ਉੱਜੜ ਦਾ ਮਹਾਂ ਤੁਸੀਂ ਆਪਦੀ ਜੋਤੀ ਨੂੰ ਲਈ ਮਹਾਂ ਸਾਡੇ ਤੇ ਪਰਚਾ ਨਾ ਕਰਾਇਆ ਮੈਂ ਤਾਂ ਗਰੀਬਣੀਆਂ ਰੰਟੀ ਤੀਵੀਆਂ ਜਵਾਈ ਮੇਰਾ ਮੁੱਕਰ ਹੈ ਧੀ ਮੇਰੀ ਰੰਟੀ ਹੈ ਤੇ ਮਹਾਂ ਮੇਰੇ ਮੁੰਡੇ ਤਾਂ ਕਪਾਇਨਾ ਤੇ ਦਿਹਾੜੀਆਂ ਕਰ ਕਰ ਮੈਂ ਤਾਂ ਰੰਟੀ ਤੀਵੀ ਦਾ 60,000 ਰੁਪਇਆ ਦੋ ਦਿਨਾਂ ਦੀ ਡਿਗਰੀ ਨੀ 60,000 ਕੱਟੀ ਹੁੰਦੀ ਜਿਹੜਾ ਮੈਂ ਕਰਕੇ ਇਹਨਾਂ ਨੂੰ ਦਿੱਤਾ ਹੈਗਾ ਮਹਾਂ ਮੇਰੀ ਗਰੀਬ ਮਾਰਨਾ ਭੈਣੇ ਘਰ ਮੇਰੇ ਮੁੰਡੇ ਤੇ ਪਰਚਾ ਨਾ ਕਰਾਂ ਮੈਂ ਮਰ ਜੂੰਗੀ ਫਿਰ ਉਹ ਵਿਚਾਰੀ ਉਹ ਕਰਕੇ ਅੱਜ ਉਹਨੇ ਮੇਰੇ ਕੋਲ ਤਾਂ ਤੜਕੇ ਦੇ ਅਸੀਂ ਸਾਰੇ ਬੰਨੇ ਬੈਠੇ ਹਾਂ ਤਾਂ ਮੈਂ ਇਹ ਬੁਲਾਇਆ ਮਹਾਂ ਐਂ ਕਰਕੇ ਇਹਨੂੰ ਮਹਾਂ 3 ਕਿੱਲੇ ਵਾਲਾ ਮੁੰਡਾ ਮੇਰੇ ਕੋਲ 1.5 ਕਿੱਲਾ ਕੁੜੀ ਦੇ ਪਹਿਲਾਂ ਨਾ ਉਹ ਕਰਵਾਊਗਾ ਤੁਸੀਂ ਖਾਇਓ ਛੱਡਿਓ ਕੁਛ ਮਰਜ਼ੀ ਕਰਿਓ ਮਹਾਂ ਤੁਸੀਂ ਆ ਕੇ ਉਹਨਾਂ ਨਾਲ ਸੈਟਿੰਗ ਕਰ ਲਓ ਇਹਨੂੰ ਪੱਤੇ ਮਾਰ ਮਾਰ ਕੇ ਅਸੀਂ ਨੇ ਘਰੇ ਬੁਲਾਇਆ ਨਹੀਂ ਇਹ ਬੰਦਾ ਆਉਂਦਾ ਨਹੀਂ ਸੀਗਾ ਸਾਡੇ ਤੇ ਉਹ ਪਰਚਾ ਕਰਾਉਣ ਦੇ ਵੀ ਸਾਡੇ ਵਿਆਹ ਤੋਂ ਬਾਅਦ ਇਹ ਵੇਲੇ ਸਾਡੇ ਤਾਂ ਜਿਹੜੇ ਪਰਚਾ ਹੁੰਦਾ ਹੀ ਹਾਂ ਉਧਰ ਤਲਾਕ ਨਹੀਂ ਹੋਇਆ ਹਾਂ ਜੀ ਉਹ ਤਲਾਕ ਨਹੀਂ ਹੋਇਆ ਅਸੀਂ ਤਾਂ ਜੀ ਉਹ ਕੁੜੀ ਸਾਡੀ ਰਿਸ਼ਤੇਦਾਰ ਨਿਕਲੀ ਇਸ ਤਾਂ ਝੰਜਰ ਚੋਂ ਉਹਦੇ ਕਰਕੇ ਮੈਂ ਤਾਂ ਉਹਦੇ ਪੈਰੀ ਹੱਥ ਲਿਆ ਕੇ ਕੁੜੀ ਉਰੇ ਬੁਲਾ ਲਈ ਤੜਕੇ ਅੱਜ ਤੜਕੇ ਤੇ ਅਸੀਂ ਉਰੇ ਦੇਖ ਬਈ ਗਿਆ ਨਹੀਂ ਇਹਨੂੰ ਸਾਰੀਆਂ ਗੱਲਾਂ ਅਸੀਂ ਨੇ ਪਹਿਲਾਂ ਕਹੀਆਂ ਵੀ ਬਈ ਯਾਰ ਇਹਨਾਂ ਵੀ ਪਹਿਲਾਂ ਧੋਖਾ ਹੋ ਗਿਆ ਸਾਡੇ ਨਾਲ ਵੀ ਐਂ ਕਰਕੇ ਵੀਰ ਬਣ ਕੇ ਗਰੀਬ ਬੰਦੇ ਨੇ ਵੀ ਇਹਨਾਂ ਕੋਲ ਐਡੀ ਪਹੁੰਚ ਨਹੀਂ ਹੈਗੀ ਵੀ ਤੂੰ ਜੇ ਕੋਈ ਤੁਸੀਂ ਤਾਂ ਹੋਰ ਵੀ ਫਸਾ ਲਉਂਗੇ ਜੀ ਤੁਹਾਡਾ 2 ਨੰਬਰ ਦਾ ਕੰਮ ਵੀ ਜੇ ਤਾਂ ਸਹੀ ਕੋਈ ਰਿਸ਼ਤਾ ਹੈਗਾ ਬਈ ਕਰਾ ਦੇ ਨਹੀਂ ਹੈਗਾ ਤਾਂ ਜਵਾਬ ਦੇ ਅਸੀਂ ਦੱਸਤਾ ਜੀ ਵੀਰ ਜੀ ਆ ਮੁੰਡਾ ਕਿਹੜਾ ਜਿਹੜਾ ਮਨਿੰਦਰ ਕੀ ਮਸ਼ੀਨ ਤੇ ਪਟਾਲ ਵਿਆਹ ਦੀ ਪਹਿਲਾਂ ਗੁਰਤੇਜ ਉਹਨਾਂ ਨੇ ਸਾਫ ਕਰਾਇਆ ਸੀ ਉਹ ਕੁੜੀ ਖਾਂਦੀ ਪੀਂਦੀ ਜੀ ਬਾਗੀ ਉਹ ਕਹਿੰਦੇ ਚੱਲ ਕੋਈ ਨਾ ਭੈਣੇ ਜਿਹੜੀ ਤੇਰੀ ਕਰਮਾਂ ਚ ਦੀ ਬਣ ਗਿਆ ਅਸੀਂ ਇਹਨਾਂ ਮੂਰੇ ਤਰ ਲਏ ਵੀ ਪਾਏ ਪਹਿਲਾਂ ਵੀ ਮੇਰੇ ਮੁੰਡੇ ਦਾ ਵੱਡੇ ਦਾ ਤਲਾਕ ਹੋਏ ਜੋ ਦੂਜੇ ਦੀ ਕੋਈ ਇਹੋ ਜਿਹੀ ਗੱਲ ਹੋ ਗਈ ਮੈਂ ਮਰ ਜੂੰਗੀ ਇਹਨਾਂ ਨੂੰ ਇਹ ਗੱਲ ਵੀ ਗਈ ਵੀ ਸਾਡੇ ਨਾਲ ਧੋਖਾ ਨਹੀਂ ਚਾਹੀਦਾ ਇਹਨਾਂ ਨੇ ਜੀ ਫੇਰ ਵੀ ਮੇਰਾ ਦੁੱਖ ਨਹੀਂ ਸੁਣਿਆ ਨਾ ਮੇਰਾ ਆਪਦਾ ਰੰਡੀ ਦਾ ਸੁਣਿਆ ਨਾ ਮੇਰੀ ਧੀ ਦਾ ਸੁਣਿਆ ਇਹਨਾਂ ਦਾ ਕੰਮ ਆ ਮਾਮਾ ਇਹਨਾਂ ਨੇ ਹਾਂ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਇਹਨਾਂ ਨੇ ਤੈਨੂੰ ਕੀ ਸੁਣ ਕੇ ਤਾਂ ਕੁੜੀਆਂ ਵਿਚਾਰੀਆਂ ਮਾਸੂਮ ਨੇ ਇਹਨਾਂ ਦੀ ਜ਼ਿੰਦਗੀ ਖਰਾਬ ਕਰਤੀ ਇਹ ਤਾਂ ਮੈਂ ਇਹਨੂੰ ਤੈਨੂੰ ਕੀ ਸੁਣਨਗੇ ਤੇਰੇ ਦੁੱਖੀ ਸੁਣਨਗੇ ਨਾ ਜੀ ਕੋਈ ਨਹੀਂ ਸੁਣਾ ਮੇਰਾ ਇਹ ਤਾਂ ਇਹਨਾਂ ਦੀ ਆਪਣੀ ਧੀ ਨਾਲ ਵਾਪਰੇ ਨਾ ਐਵੇਂ ਐ ਬੈਠੀ ਹੋਵੇ ਇਹਨਾਂ ਦੀ ਧੀ ਇਹਨਾਂ ਦੇ ਸਾਹਮਣੇ ਹਾਂ ਜੀ ਇਹਨਾਂ ਤੋਂ ਚਿੱਟਾ ਮੰਗੇ ਜੀ ਮੇਰਾ ਸੂਟ ਦਾ ਚਿੱਟਾ ਲੈ ਕੇ ਦੋਨੇ ਨੇ ਇੱਕ ਅਧਿਕਾਰ ਫੇਰ ਇਹਨਾਂ ਨੂੰ ਸ਼ਰਮ ਆਵੇ ਆਈ ਦੋਨੇ ਨੇ ਫੇਰ ਤਾਂ ਪਤਾ ਲੱਗੇ ਇੱਧਰ ਵੈਸੇ ਗਿਆ ਨਹੀਂ
ਛੋਟਾ ਤੇਲ ਪਾ ਕੇ ਫਿਰ ਅਸੀਂ ਤੇਰੀ ਜਨਾਨੀ ਜਾਵਾਂਗੇ ਜੋਤੀ ਆ ਗਿਆ ਪੂਜਾ 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 ਬਿਚ ਤੋਂ ਇੰਨਾ ਕਾ ਵੀ ਉਹ ਹੈ ਬਾਈ ਸਾਲੀ ਬਣਾ ਕੇ ਮੇਰੇ ਦੋ ਸਾਲ ਇੱਥੇ ਸਾਲੀ ਰਹਿ ਮੇਰੇ ਘਰੇ ਰਹਿੰਦੀ ਬਣਾ ਰਹਿੰਦੀ ਹੈ ਕੁੜੀ ਵੀ ਡੱਕੀ ਰਹਿੰਦੀ ਆ ਨਸ਼ੇ ਨਾਲ ਉਹ ਵੀ ਕੁੜੀਆਂ ਸਹੀ ਲਾਉਂਦੀ ਆ ਅੱਛਾ ਗਾਲਾਂ ਕੱਢਦੀ ਸੋ ਬਾਈ ਜੀ ਇਹ ਕੁੜੀ ਨੇ ਫੋਨ ਆਇਆ ਕੁੜੀ ਵੀ ਗਾਲਾਂ ਕੱਢਦੀ ਨਹੀਂ ਰਿਕਾਰਡਿੰਗ ਹੁੰਦੀ ਆ ਫੋਨ ਚ ਉਹਦਾ ਵੀ ਪਰਚਾ ਕਰਾਓ ਯਾਰ ਜਿਹਨੇ ਸੂਟ ਸਵਾਈ ਦੇ ਚੱਪਲਾਂ ਸੁਰਖੀ ਪਾਊਡਰ ਜਿਹਨਾਂ ਸਮਾਨ ਤੇ ਸਾਰੇ ਚੱਕ ਲਿਖੀ ਨੇ ਨਾਲ ਦੇ ਗਏ ਆਈ ਹੈ ਜੋਤੀ ਤੂੰ ਅੱਗੋਂ ਫੋਨ ਕਰਦੀ ਪਈ ਆ ਤੇ ਪਤੰਦਰ ਨੀ ਮੋਗੇ ਉਤਰਨਾ ਸੀ ਮੋਗੇ ਉਤਰੇ ਨੀ ਤੇ ਉਹ ਬਰਨਾਲੇ ਉਤਰੇ ਆਉਣ ਮੈਨੂੰ ਉਹਨੂੰ ਪਿੰਕੀ ਨੂੰ ਚੜਾ ਲੈਣ ਦੇ ਫਿਰ ਇਹ ਚੜਾ ਕੇ ਪਿੰਕੀ ਨੂੰ ਉਰੇ ਲੈ ਕੇ ਆ ਦੂਜੇ ਦਿਨ ਮੇਰੀ ਗੱਲ ਇਹਨੂੰ ਜੋਤੀ ਨੂੰ ਲਿਜਾ ਕੇ ਤੀਜੇ ਦਿਨ ਪਿੰਕੀ ਦੀਆਂ ਵੀ ਵੱਟ ਤੇ ਰੋੜੀਆਂ ਨੇ ਚਿੱਟਾ ਤੇਰੀ ਗੱਡੀ ਚੋਂ ਨਿਕਲਿਆ ਯਾਰ ਤੂੰ ਫੋਦੂ ਬਣਾਈ ਜਾਣਾ ਮੈਂ ਇਹੀ ਜੀ ਕਟਾਈ ਕਰੂੰਗਾ ਫਿਰ ਦੇ ਚੱਕੇਗਾ ਪੂਰੇ ਬੈਠੇ ਹੀ ਫੋਦੂ ਬਣਾਈ ਜਾਂਦਾ ਪਾਗ ਬਣਾਈ ਜਾਂਦਾ ਜ਼ਿੰਦਗੀ ਖਰਾਬ ਕਰਤੀ ਨਾ ਕੁੱਤੀਆਂ ਦੀ ਸ਼ਰਮ ਆਉਂਦੀ ਆ ਮੇਰੇ ਪਿੰਡ ਉਹ ਮੁੰਡਾ ਡਰਾਈਵਰ ਹੈ ਦਿਨ ਰਾਤ ਚਲਾਉਂਦੇ ਆ ਮਸ਼ੀਨਾਂ ਕਿਸ ਪੇ ਪਏ ਬਾਈ ਮੱਤੀ ਪਿੰਡ ਦਾ ਉਹ ਇਹਦੇ ਘਰਾਂ ਦੀ ਪਹਿਲਾਂ ਕੁੜੀ ਵੇਹੀ ਜੇ ਪਟਾਲ ਆ ਮੁੰਡਾ ਖੜਾ ਇਹਨੂੰ ਉਸ ਤੋਂ ਬਾਅਦ ਇਹ ਤੋਂ ਵਾਪਸ ਲੈ ਗਏ ਜੀ ਥੋੜੀ ਥੋੜਾ ਜੀ ਆ ਬਾਈ ਤੂੰ ਵੀ ਲੱਖ ਰੁਪਇਆ ਲੈਤਾ ਕਿਹੜੇ ਤੋਂ ਆ ਤੀਜਾ ਦੇ ਪੈਸੇ ਦਿੱਤੇ ਨੇ ਮੇਰਾ ਵੀ ਆ ਜਨਾਨੀ ਦੇ ਪੈਸੇ ਦਿੱਤੇ ਨੇ ਜੀ ਆ ਬੱਚਾ ਵਾਲੇ ਕੁੜੀ ਬਹਿਣ ਦੇ ਪਹਿਲਾਂ ਕੋਈ ਜਨਾਨੀ ਆਇਆ ਸੀ ਸੰਪਰਕ ਕਿਸੇ ਕਿਵੇਂ ਹੈ ਇਹ ਹੈ ਜੀ
ਸਾਨੂੰ ਤਾਂ ਬਸ ਇਹ ਦੇ ਭਰੋਸਾ ਜਿਹਾ ਕਰ ਲਿਆ ਗਵਾਂਢ ਦੀ ਸ਼ਹੀਦੀ ਕਰਕੇ ਉਹ ਕਰ ਲਈ ਜੀ ਇਹਨੇ ਹੋਰ ਕਰ ਲਿਆ तीन परिवार तो बैठे कुड़िया ने तीन पर सप्लाई कर दी है बठिंडे तो हां जी नाम की तरह है इच्छे हाँ ये गड्डी की थी इच्छे तो अपनी थी पटाना थी है कौन पटाना थी गड्डी ना ना इच्छे तो अपनी है क्या आटे का है ना दिए अगले होगा भी आटे का आटे का समाह तो लेती हूँ ना ਹੁਣ ਡਿਊਟੀ ਤੁਹਾਡੀ ਕਿੱਥੇ ਆ ਕੋਈ ਨਹੀਂ ਮੈਂ ਸੱਚ ਦੱਸਾਂ ਲੋ ਜੀ ਇਹਨਾਂ ਦੇ ਬਾਅਦ ਚ ਕਰਦੇ ਮੈਂ ਕੋਈ ਨਹੀਂ ਬਾਅਦ ਚ ਕਰ ਲੈਣਾ ਬਾਈ ਤੁਹਾਡੇ ਨਾਲ ਗੱਲ ਦੱਸ ਦਿਓ ਹਾਂ ਹਾਂ ਦੱਸ ਦਿਓ ਓਕੇ ਹਾਂ ਇਹਨਾਂ ਨੇ ਇੱਕ ਛੋਟੀ ਪਟਾਲ ਇੱਕ ਵੱਡੀ दो कान दो मेरे को
हेलो हाँ जी क्या क्यों कोई मुख्यमंत्री का मुंडा तू तूरे आ जा तेन दस देना त्रिया कर देने जेडी तू बदमाशी जी करदा सारा सिद्धी नू फिर की करेगा कुड़िया आ छोटिया छोटिया कुड़िया रख रखिया ने चिट्टे इन्हां नू पियाने हो गाहां ब्याह देने हो शर्म आउंदी है थोनू आ तेरा प्यो बैठा रे ओ तेरा प्यो तो मनी जांदा सारा कुछ तू जेड़ा कुछ करना कर ली ना दसा दे नू अच्छा तेरे च बोलदा कौन है तेरे च बोलदा कौन है जेड़ा तू पुलिस नाल भी ऐ गल करदा नहीं मां प्यो तेरे जदों कुड़ियां नू चिट्टा पियाउण उदों आ बैठियां ने सामने नहीं जो कुड़ियां नू चिट्टा पियाउ ते गाहां उहनां दा शोषण कराउ ते गाहां उहनां दे शरीर बेचों धंधा ही आदे मन्नी जांदे तेरे मां प्यो हां आ जा आ धर्मगढ़ कोल धर्मगढ़ कोले आ जा इन्हां नू ए नहीं पता सी मैं राज गल करदा कहिंदा तू पुलिस वाला बोलदा कोई वर्दी बोले मुंशी लाया जरा वेड़ा भी हाजिर है कागज कार्बन लाए बयान लिखा चल लैपटॉप चक लिया फिर जिम्मेवारी फुल दिखी बैठे ही मुझे
मेरे प्रूफ ले लिये आधार कार्ड वोट कार्ड प्रूफ नहीं दी गई गुरुद्वारा ने बिना प्रूफा का आनंद करते अपना बलाडा रोड गुरुद्वारे के फिर इन्हे खून पान करके बार खिलाया अंदर फिर अस अंदर आके बैठे साढ़े छह बजे तो आई मैं जी उस बस इन जी आख्या मैं गड्डी छोटे अड्डे ला गई मूहे आ कुड़ी वे खड़ी थी किरण आई मैं भैने छोटे कुड़ी वे जी नाम की है महा जी ज्योति है महा ज्योति है भैने कहनी वो ज्योति तो साड़ी है साडे पलूं ते बैंक दी पटार कहनी असीं जुड़दे आ वी कारवाई करावांगे मैं आखिया भैने गरीबणी तू है गरीबणी मैं ना तू मेरे ते कारवाई कराना मैं तेरे ते मैं आपां बैठ के सोच लांगे मैं आपां उगन दिन करके कणक वाल दलांगे ਇਹ ਜੀ ਸਵੇਰ ਦੇ ਪਟਾਕੇ ਹੋ ਗਿਆ ਗੇ ਅਸੀਂ ਇਹਨੂੰ ਧੋਖਾ ਕਰਕੇ ਵੀ ਅਸੀਂ ਕੁੜੀ ਦਿਖਾਉਂਦੇ ਆ ਆਹ ਮੁੰਡਾ 3 ਕਿੱਲੇ ਆ ਦਿਖਾਉਂਦੇ ਆ ਵੀ ਤੈਨੂੰ ਦੂੜ ਕੀ ਨਾ ਪੈਦਾ ਨਾ ਕਰਾਵਾਂਗੇ ਅਸੀਂ ਇਹਨੂੰ ਲਾਰਾ ਲੱਪਾਂ ਬੁਲਾ ਕੇ ਜੀ ਲਾ ਕੇ ਉਰੇ ਤਾਂ ਬੁਲਾਏ ਨੇ ਇਹ ਪਟਾਕੇ ਨੇ ਅਸੀਂ ਕਣਕ ਵਾਲਦੇ ਇਹ ਸਾਡੇ ਰਿਸ਼ਤੇਦਾਰ ਦੇ ਜੀ ਜੇ ਕੋਈ ਬਗਾਨਾ ਬੰਦਾ ਹੁੰਦਾ ਜੀ ਪਹਿਲਾਂ ਇਹਨਾਂ ਦੇ ਵਿਆਹੀ ਸੀ ਦੂਰੀ ਵਾਰ ਮੇਰੇ ਤੇ ਪਰਚਾ ਹੋ ਜਾਂਦਾ ਜੀ ਤੁਹਾਨੂੰ ਵੀ ਇਹੀ ਕੁੜੀ ਵਿਆਹੀ ਹਾਂਜੀ ਆਹੀ ਵਿਆਹੀ ਸੀ ਕਿੰਨੇ ਪੈਸੇ ਲਏ ਉੱਥੋਂ 75 ਤੁਹਾਡੇ ਨਾਲ ਗੱਲ ਕਿਵੇਂ ਕਰਾਈ ਸਾਡੇ ਨਾਲ ਕਰਾਈ ਸੀਗੀ ਲੌਂਗਵਾਲ ਤੋਂ ਬੁੜੀ ਸੀਗੀ ਕਹਿੰਦੇ ਘਰੋਂ ਘਰੋਂ ਤੋਰਾਂਗੇ ਵੀ ਇਹਦੀ ਮਤਲਬ ਜਿਹੜੇ ਉਹ ਬੈਠੇ ਆ ਉਹ ਭੂਆ ਜੀ ਬਣੀ ਹੋਈ ਸੀ ਆਹ ਫੁੱਫੜ ਜੀ ਬਣੇ ਹੋਏ ਸੀ ਵੀ ਇਹ ਬੁੱਢੀ ਦੇ ਮਾਂ ਬਾਪ ਮੁੱਕੇ ਹੋਏ ਨੇ ਘਰ ਵਾਲਾ ਜੀ ਮਰ ਗਿਆ ਵੀ ਘਰ ਵਾਲਾ ਮਰ ਗਿਆ ਭਾਈ ਜੇ ਵੀ ਤੁਹਾਡੇ ਕੋਲ ਵਧੀਆ ਘਰੋਂ ਘਰੋਂ ਕੁੜੀ ਆ ਵੀ ਰੋਟੀ ਪੱਕਦੀ ਕਰ ਦਾਂਗੇ ਆਹ ਮੇਰਾ ਦਿਓਰ ਇਹਦੇ ਤਰਾਈ ਜੀ ਅਸੀਂ ਨੇ ਕਿਹਾ ਵੀ ਵੀ ਰੋਟੀ ਪੱਕਦੀ ਇੱਕ ਦੀ ਮੰਮੀ ਆ ਵੀ ਕਿਹੜੇ ਮੁੰਡੇ ਨੂੰ ਰੋਟੀ ਪੱਕਣੀ ਹੋਈ ਜਾਂਦੀ ਕਿਹਦਾ ਬੇਟਾ ਗਾ ਕਹਿੰਦੀ ਹਾਂਜੀ ਰੋਟੀ ਪੱਕੂਗੀ ਸਾਰਾ ਕੁਝ ਹੋਊਗਾ ਇਹ ਸਾਡੇ ਘਰੇ ਸਿਰਫ 2 ਦਿਨ ਸਹੀ ਰਹੀ ਆ 2 ਦਿਨਾਂ ਬਾਅਦ 4 ਦਿਨ ਮੰਜੇ 'ਚ ਪਈ ਰਹੀ रोटी चूर के साल ज्योति असीं सारा टब्बर ने रोटी खा के तू भुक्की बैठी भाई रोटी खा ला बुरकियां मूंह पाइया फिर इन्होंने मेनू पाला कहने किरना रोटी खाने अपने कहने मर जूगी शराफ है रोटी नी खादी ਫਿਰ ਇਹ ਬੁਲਾ ਲਏ ਹਾਂਜੀ ਇਹ ਬੁਲਾਏ ਨੇ ਹਾਂ ਅਸੀਂ ਆਖਿਆ ਵੀ ਛੋਡੀ ਕੁੜੀ ਦੇ ਅੰਦਰ ਵਾਰ ਡਾਉਂਦੇ ਦਿਨ ਵਿੱਚ ਵੀ 3 ਵਾਰੀ ਵਾਰ ਡਾਲੇ ਨੇ ਜੇ ਅਸੀਂ ਨੂੰ ਸਾਨੂੰ ਐਂ ਡਰਦੀ ਪੱਖਾ ਗਾ ਕਿਤੇ ਗੱਲ ਨਾ ਖੋਟ ਲਈ ਅਸੀਂ ਮੈਂ ਇਹਨੂੰ ਹੱਥ ਬੰਨੇ ਚੱਗੇ ਭਾਈ ਬਾਈ ਬਣ ਕੇ ਆਪਦੀ ਕੁੜੀ ਨੂੰ ਨਾਲ ਲੈ ਜਾ ਅਸੀਂ ਨਾਲ ਅੜੀ ਤਾਂ ਮਰ ਜਾਾਂਗੇ ਅਸੀਂ ਇਹਨਾਂ ਨੇ ਨਾਲ ਭੇਜਤੀ ਮੈਂ ਇਹਨੂੰ ਰੋਜ਼ ਕਹਿੰਦੀ ਵੀ ਜੱਗੇ ਵੀ ਇਹਨਾਂ ਦੇ ਪੈਸੇ ਵਾਪਸ ਕਰ ਦੇ ਜਿੰਨੇ ਤੁਸੀਂ ਲੈਤੇ ਨੇ ਅਸੀਂ ਤੁਹਾਡਾ ਪੈਂਡਾ ਛੱਡ ਦਾਂਗੇ ਇਹਨੇ ਮੇਰੀ ਇੱਕ ਨਹੀਂ ਗੱਲ ਸੁਣੀ ਮੈਂ ਤੁਹਾਨੂੰ ਦਾਵਾ ਕਰਨਗੇ ਥਾਣੇ 'ਚ ਨਾਂ ਟਿਕ ਰਿਹਾ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਤੇਰਾ ਭਾਈ ਖੜੇਗਾ ਮੈਂ ਨਾਲ ਅਸੀਂ ਫਸਾਂਗੇ ਆ ਕੋਈ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦੇ ਸੋਨ ਪਰਸਾ ਸੋਨ ਦਾ ਉਹਦੀ ਕੀ ਲੋੜ ਆ ਮੈਂ ਕੱਲ ਇਹਨਾਂ ਦੇ ਘਰੇ ਗਈ ਜਦ ਸਾਨੂੰ ਭੁੱਖ ਲੱਗੀ ਵੀ ਇਹ ਇੱਥੇ ਤੋੜਤੀ ਮੈਂ ਆਪ ਮਤਲਬ ਆਸ਼ ਪਿੰਡ ਦੇ ਵਿੱਚ ਆ ਮੈਨੂੰ ਘਰੋਂ ਕੱਢਿਆ ਨਾ ਨਹੀਂ ਮੈਨੂੰ ਕਹਿੰਦੇ ਨਿਕਲ ਇੱਥੇ ਗੰਦ ਪਾਉਣ ਲੱਗ ਰਹੀਆਂ 2 ਬਾਲਟੀਆਂ ਹੋਰ ਬੈਠੇ ਹੋਏ ਉਹ ਅੱਜ ਘਰ ਵਾਲੀ ਚੱਗੇ ਮੈਨੂੰ ਧੱਕੇ ਮਾਰ ਮੈਂ ਘਰੋਂ ਕੱਢਦਾ ਮੈਂ ਘਰੋਂ ਗਈ ਨਹੀਂ ਮੈਂ ਮੋੜ ਤੇ ਬੈਠ ਗਈ ਪਹਿਲਾਂ ਬੈਠੀ ਗੁਰੂ ਘਰ ਚ ਗੁਰੂ ਘਰ ਕਿਉਂ ਫਿਰ ਮੈਂ ਬੈਠ ਕੇ ਮੋੜ ਤੇ ਮੈਂ ਮੋੜ ਤੇ ਟੱਪਣਗੇ ਚਲ ਮੈਂ ਇਹਨਾਂ ਨਾਲ ਗੱਲ ਕਰੂੰਗੀ ਇਹ ਮੋੜ ਤੋਂ ਵੀ ਮੈਂ ਆ ਗਈ ਮੈਂ ਇਹਨੂੰ ਚੱਗੇ ਫਿਰ ਬੁਲਾਇਆ ਵੀ ਅਸੀਂ ਕੰਮ ਕਿਹੜੇ ਆ ਵੀ ਤੂੰ ਸਾਨੂੰ ਆਹ ਛੱਡ ਪੈਸੇ ਵਾਪਸ ਕਰ
गल करिए जनाब बोली ना जी बोलने देख लो हेलो 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 हाँ बिरे हेलो कार ने किया मेरे थोड़ा गल कर मैं तो उसी पहले तो गाना काट दी सी मैंने ਵੀਰੇ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਤੁਹਾਡੇ ਮੰਮੀ ਡੈਡੀ ਜਿਵੇਂ ਜਿਵੇਂ ਵੀ ਤੁਹਾਡੇ ਨਾਲ ਕਰਾਉਂਦੇ ਸੀਗੇ ਗਰੀਬਾਂ ਨਾਲ ਵੀ ਉਵੇਂ ਦਾ ਤੁਹਾਡੇ ਨਾਲ ਬਣ ਕੇ ਮੈਂ ਤੁਹਾਨੂੰ ਸਿਰਫ ਫਿਰ ਮੈਂ ਤੁਹਾਨੂੰ ਵੀਰਾ ਕਹਿ ਕੇ ਗੱਲ ਕਰੀ ਆ ਮੈਂ ਤੁਹਾਨੂੰ ਵੀਰਾ ਕਹਿ ਕੇ ਗੱਲ ਕਰੀ ਸੀ ਤੁਸੀਂ ਮੈਨੂੰ ਅੱਗੋਂ ਗਾਲਾਂ ਕੱਢੀਆਂ ਨੇਗੀਆਂ ਗੰਦੀਆਂ ਬਈ ਮੈਂ ਤੈਨੂੰ ਸਿਰਫ ਇੰਨਾ ਹੀ ਕਿਹਾ ਸੀ ਮੈਂ ਕਿਹਾ ਜਿਵੇਂ ਧੋਖਾ ਕਰਾਉਂਦੇ ਆਗੇ ਵੀ ਉਹਨਾਂ ਨਾਲ ਉਵੇਂ ਬਣ ਗਈ ਮੈਂ कोई गल नहीं थाने जाने कोई गल नहीं कोई गल नहीं ਮੇਰੇ ਕੋਲ ਤਾਂ ਆ ਨਹੀਂ ਗਈਆਂ ਜੇ ਤੂੰ ਧੰਦਾ ਕਰਦੇ ਤਾਂ ਤੇਰੇ ਕੋਲ ਮੇਰੇ ਕੋਲ ਤਾਂ ਆ ਨਹੀਂ ਗਈਆਂ ਜੇ ਤੂੰ ਧੰਦਾ ਕਰਦੇ ਤਾਂ ਤੇਰੇ ਕੋਲ ਮੇਰੇ ਕੋਲ ਤਾਂ ਆ ਨਹੀਂ ਗਈਆਂ ਜੇ ਤੂੰ ਧੰਦਾ ਕਰਦੇ ਤਾਂ ਤੇਰੇ ਕੋਲ ਮੇਰੇ ਕੋਲ ਤਾਂ ਆ ਨਹੀਂ ਗ